ओ मैं गबरू शेर पंजाब दा। ओ मैं गबरू शेर पंजाब दा। मैनू जग सारा है जानदा। मैं गबरू शेर पंजाब दा। मैनू जग सारा है जानदा। मैं गबरू शेर पंजाब दा। मैनू जग सारा है जानदा। ओ मेरा नया दुनिया मान दी। मेरा जी अस्सलाम वालेकुम दोस्तों, वेलकम टू आई यूट्यूब चैनल पंजाबी शौक। दोस्तों हाजिर आज की एक नवी वीडियो नाल ते देसी माहौल दे विच दोस्तों, देसी तरीका ते देसी नसल पाकिस्तानी पाकिस्तानी बुली दे उपर आई दी वीडियो। दोस्तों चस वाकई बुली दी आ, ठीक है, स्वाद भी है, नज़ारे भी आ, ते रखण दा मज़ा भी आ। तुसीं देसी माहौल च भी रख सकते हैं, खुश रहिंदे, मगर आपां इंशाल्लाह वी आई पी माहौल च रखांगे। आ देख सकते अपना बिली बिली बचे, ए बिली ओए डबल बॉडी पाकिस्तानी बुली, ए बिली ओए बिली। ਤੁਹਾਨੂੰ ਬਿੱਲੀ ਦਾ ਵੀ ਸ਼ੌਕ ਕਰਾਉਂਦੇ ਹਾਂ ਨਾਲ ਆਪਣੀ ਰਾਣੋ ਜਿਹੜੀ ਹੈਗੀ ਆ ਮਧੋਲੇ ਵਾਲੇ ਬੈਡ ਆਪਣਾ ਬਲੱਡ ਲਾਈਨ ਦੇ ਵਿੱਚੋਂ ਛੇਹਣੇ ਡੱਬੇ ਕੁੱਤੀ ਦਿੱਤੀ, ਚੈੱਕ ਕਰ ਸਕਦੇ ਹੋ ਪਿੱਛੇ ਖੜੀ ਹੈ ਮੇਰੇ ਅਤੇ ਕੋਈ ਗੇਟ 'ਤੇ ਬਾਹਰ ਆਈ ਹੋਣੀ, ਕੋਈ ਚੀਜ਼ ਚੂਜ਼ ਹੋਣੀ ਹੈ ਤਾਂ ਬਿੱਲੀ ਬੋਲ ਰਿਹਾ। ਇਦੋਂ ਬਾਅਦ ਇਨਸ਼ਾਅੱਲਾ ਤਾਲਾ ਦੋਸਤੋ ਆਪਾਂ ਇੱਥੇ ਸ਼ਿਫਟ ਕਰਾਂਗੇ, ਜਿੰਨਾ ਏਰੀਆ ਹੈਗਾ ਜਿਹੜਾ ਮੇਰੇ ਕੋਲ ਬਘਿਆੜਾ ਜੰਗਲਾਂ ਸੀਗਾ ਉੱਥੇ ਲਿਆ ਕੇ ਰੱਖਾਂਗੇ ਅਤੇ ਵੀ ਆਈ ਪੀ ਨਿਜ਼ਾਮ ਬਣਾਵਾਂਗੇ ਥੱਲੋਂ ਵੀ ਉੱਪਰੋਂ ਵੀ ਇਹਨਾਂ ਦਾ ਜ਼ਰਾ ਅੱਛੇ ਤਰੀਕੇ ਨਾਲ ਔਰ ਜੰਗਲਿਆਂ ਦੇ ਵਿੱਚ ਰੱਖਾਂਗੇ। ਹੁਣ ਤਕਰੀਬਨ ਗਾਲਬਨ ਤਰੀਕ ਹੈਗੀ 11 ਤਰੀਕ, ਅਤੇ ਕੁਛ ਰੋਜ਼ੇ ਵੀ ਗੁਜ਼ਰ ਜਾਣਗੇ ਅੱਲਾ ਦੇ ਹੁਕਮ ਨਾਲ। ਫਿਰ ਇਦੋਂ ਬਾਅਦ ਇਨਸ਼ਾਅੱਲਾ ਤਾਲਾ, ਕਿਉਂਕਿ ਜੰਗਲਾ ਬੜਾ ਵੱਡਾ ਹੈਗਾ, ਕਾਫੀ ਹਮ ਲੜਕੇ ਬੁਲਾ ਕੇ ਲਿਆਉਣੇ ਪੈਣੇ ਆ, ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਵੀਡੀਓ ਨਾਲ ਸ਼ੇਅਰ ਕਰੀਏ ਜੋ ਜੰਗਲਾਂ 'ਚ ਲੈ ਕੇ ਆਵਾਂਗੇ, ਕਿਉਂਕਿ ਉੱਪਰ ਟਾਪ ਫਲੋਰ 'ਤੇ ਪਿਆ ਮੇਰੇ ਸੈਕਿੰਡ ਮੰਜ਼ਲ ਦੇ ਉੱਪਰ ਚਾੜਿਆ ਹੋਇਆ ਸੀ, ਅਤੇ ਉੱਥੋਂ ਲਿਆਵਾਂਗੇ ਲਾ ਕੇ ਅਤੇ ਇਨਸ਼ਾਅੱਲਾ ਤਾਲਾ ਦਰਖਤਾਂ ਦੇ ਦਰਮਿਆਨ ਜਿਹੜਾ ਮੈਂ ਤੁਹਾਨੂੰ ਚੈੱਕ ਕਰਾਉਣਾ ਜਿੱਥੇ ਜਾਨਵਰ ਬੰਨੇ ਹੋਏ ਆ ਇੱਥੇ ਰੱਖਾਂਗੇ, ਕਿਉਂਕਿ ਜਾਨਵਰ ਦੇ ਦੋ ਤਿੰਨ ਮਜ਼ੀਦ ਵੀ ਆਪਣਾ ਉਹਦੇ ਵਿੱਚ ਜਾਨਵਰ ਆ ਸਕਦੇ ਹੈਗੇ ਆ, ਅਤੇ ਇਨਸ਼ਾਅੱਲਾ ਤਾਲਾ ਪਾਕਿਸਤਾਨੀ ਬੋਲੀ 'ਤੇ ਆਪਾਂ ਕੰਮ ਕਰਾਂਗੇ। ਰਸ਼ੀਅਨ ਜਿਹੜੇ ਲਿਆਉਂਦੇ ਸੀਗੇ ਉਹ ਦਨਾਨ ਭਾਈ ਦੇ ਮਛਲੇ ਨਾਲ ਛੱਡ ਦਿੱਤੇ, ਕਹਿੰਦਾ ਯਾਰ ਕੀ ਆ ਜੂਆਂ ਜੂਆਂ ਲਈ ਫਿਰਦੇ ਹੈਗੇ ਆ ਸਾਰਾ ਦਿਨ, ਜੇ ਬੱਚੇ ਵੀ ਦੇਣਗੀਆਂ ਬਰੀਡ ਵੀ ਕਰਨਗੀਆਂ ਅਤੇ ਮਜ਼ਾ ਨਹੀਂ ਆਏਗਾ ਹੈਗਾ, ਕੋਈ ਲੀਟਰ ਛੋਟਾ ਹੁੰਦਾ ਉਹਨਾਂ ਦਾ। ਅਤੇ ਅਦਨਾਨ ਭਾਈ ਦੇ ਮੱਛਰ ਦੇ ਨਾਲ ਦੋਸਤੋ ਫਿਰ ਮੈਂ ਆਪਣਾ ਜਿਹੜੀ ਹੈਗੀ ਆ ਰਸ਼ੀਅਨ ਬਲੀਡ ਸਾਰੀ ਸੇਲ ਕਰ ਦਿੱਤੀ। ਉਹ ਪਿੱਛੇ ਖੜੇ ਨੇ, ਚਵਾਈ ਦਾ ਟਾਈਮ ਆ, ਕਾਸਮ ਭਾਈ ਅਤੇ ਅਦਨਾਨ ਭਾਈ ਲੱਗੇ ਹੋਏ ਆ ਚਵਾਈ ਕਰਨ, ਉਹ ਪਿੱਛੇ ਨਜ਼ਰ ਆ ਰਹੇ ਨੇ ਤੁਹਾਨੂੰ, ਠੀਕ ਆ। ਸ਼ਾਮ ਦਾ ਟਾਈਮ ਆ ਅਤੇ ਆਪਾਂ ਫਿਰ ਤੁਹਾਨੂੰ ਪਤਾ ਫਿਰ ਸ਼ਿਕਾਰੀ ਬੰਦੇ ਸਨ ਅਤੇ ਆਪਣੇ ਕੰਮ ਨਾਲ ਮਤਲਬ ਹੈਗਾ। ਮੈਂ ਤਾਂ ਆਉਂਦਾ ਇਹਨਾਂ ਨੂੰ ਖੋਲ ਫੇਰ ਕੇ, ਫਿਰ ਪਿਸ਼ਾਬ ਸ਼ੁਭ ਕਰਵਾ ਕੇ ਵਾਕ ਸ਼ਾਕ ਕਰਵਾ ਕੇ ਇਹਨਾਂ ਨੂੰ ਅਤੇ ਆਪਣਾ ਵਾਪਸ ਨਿਕਲ ਜਾਂਦਾ ਹੁੰਦਾ। ਅਤੇ ਇਹ ਜੀ ਇਹਨਾਂ ਦਾ ਨਹਾਉਣ ਖਾਣਾ ਮਜ਼ਾ ਵਾਲਾ, ਇੱਥੇ ਸਵੇਰ ਸ਼ਾਮ ਨਵਾਈਦੇ ਆ, ਹੁਣ ਵਾਲੇ ਨਵਾਏ ਨਹੀਂ ਹੈਗੇ। ਮੈਂ ਕਿਹਾ ਵੀਡੀਓ ਬਣਾ ਲਈਏ, ਮੁੜ ਕੇ ਹਨੇਰਾ ਹੋ ਜਾਣਾ, ਮਜ਼ਾ ਨਹੀਂ ਆਉਣਾ ਹੈਗਾ। ਦੋਸਤੋ ਵੀਡੀਓ ਨੈਣ ਤੱਕ ਦੇਖੋ, ਪੰਜਾਬੀ ਸ਼ੌਕ ਦੇ ਨਾਲ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਰੈਡ ਕਲਰ ਸਬਸਕ੍ਰਾਈਬ ਦਾ ਬਟਨ ਹੁੰਦਾ ਇਹਨੂੰ ਟੱਚ ਕਰੋਗੇ, ਨਾਲ ਘੰਟੀ ਪ੍ਰੈਸ ਕਰੋਗੇ ਤਾਂ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਪਹੁੰਚ ਜਾਏਗੀ ਤੁਹਾਡੇ ਤੱਕ। ਇਹ ਜੇ ਦੋਸਤੋ ਆਪਣਾ ਪਾਕਿਸਤਾਨੀ ਬੁਲੀ ਵਿਲੀ, ਠੀਕ ਹੈ ਜੀ, ਅਤੇ ਇਹ ਵਿਲੀ ਲਿਆਂਦਾ ਆਪਾਂ ਬਰੀਡਿੰਗ ਵਾਸਤੇ। ਮਾਸ਼ਾਅੱਲਾ ਦੋਸਤੋ ਨੇ ਦੱਸ ਕੇ ਦੇਖ ਕੇ ਦੱਸਣਾ ਜੀ, ਥੋੜ੍ਹਾ ਪਿੱਛੋਂ ਲਿਸਾ ਹੋ ਗਿਆ ਵਾ, ਡਬਲ ਬਾਡੀ ਦਾ ਡਬਲ ਹੱਡੀ ਦਾ ਜਾਨਵਰ ਆ, ਅਤੇ ਬਾਕੀ ਥੋੜ੍ਹਾ ਪਿੱਛੋਂ ਲਿਸਾ ਹੋ ਗਿਆ ਵਾ, ਅੱਲਾ ਖੈਰ ਕਰੇ ਇਨਸ਼ਾਅੱਲਾ ਸੈੱਟ ਹੋ ਜਾਏਗਾ। ਲਿਸੇ ਤੋਂ ਮੁਰਾਦ ਐਡਾ ਵੀ ਲਿਸਾ ਨਹੀਂ ਹੈਗਾ, ਬੜਾ ਗਰਮੀਆਂ ਨੂੰ ਵੈਸੇ ਜਾਨਵਰ, ਮਗਰ ਆਪਾਂ ਇਨਸ਼ਾਅੱਲਾ ਤਾਲਾ ਇਹਨੂੰ ਇੱਦਾਂ ਦਾ ਰੱਖਣਾ ਵਾ ਕਿ ਅਸੀਂ ਲੜਾਉਣਾ ਨਹੀਂ ਵੀ ਹੈਗਾ, ਮਗਰ ਜਾਨਵਰ ਆਪਣੀ ਖੂਬਸੂਰਤੀ ਦੇ ਵਿੱਚ ਇੱਦਾਂ ਹੀ ਹੋਵੇ ਕਿ 12 ਮਹੀਨਿਆਂ 'ਚ ਹੀ ਲੱਗੇ ਕਿ ਆਹ ਜਾਨਵਰ ਤਿਆਰੀ ਦੇ ਵਿੱਚ ਆ। ਇਹ ਦੋਸਤੋ ਆਪਣੀ ਪਾਕਿਸਤਾਨੀ ਬੋਲੀ ਫੀਮੇਲ ਰਾਣੋ, ਅਤੇ ਰਾਣੋ ਤੁਹਾਡੀ ਦੁਆ ਦੇ ਨਾਲ ਅੱਲਾ ਦੇ ਹੁਕਮ ਨਾਲ ਹੀਟ 'ਤੇ ਆ, ਅਤੇ ਇਹਦੇ ਵਾਸਤੇ ਅਸੀਂ ਲੈ ਕੇ ਆਏ ਹਾਂ ਜਨਾਬੇ ਲਈ ਆਪਣਾ ਬੁਲੀ ਮੇਲ, ਠੀਕ ਆ। ਇਹ ਚੈੱਕ ਕਰ ਸਕਦੇ ਹੋ ਤੁਸੀਂ, ਕੁੱਤੇ ਦੀ ਅੱਖ ਵੇਖੋ ਕਿੱਡੀ ਸੋਹਣੀ, ਮਾਸ਼ਾਅੱਲਾ ਛੋਟੀ ਜਿਹੀ ਅੱਖ ਆ, ਗੋਲ ਅਤੇ ਭਾਰਾ ਸਿਰ ਆ ਕੁੱਤੇ ਦਾ, ਬੋਨ ਸਟਰਕਚਰ ਤੁਹਾਨੂੰ ਚੈੱਕ ਕਰਾਈਏ। ਔਰ ਸਭ ਤੋਂ ਵੱਡੀ ਗੱਲ ਆ, ਸਮਝਦਾਰ ਕੁੱਤਾ ਬੜਾ ਵਾ, ਆਪਣੇ ਜੀਆਂ ਨੂੰ ਕੁਛ ਨਹੀਂ ਕਹਿੰਦਾ ਹੈਗਾ, ਜਿਹੜਾ ਮਰਜ਼ੀ ਆਪਾਂ, ਕੱਲ੍ਹ ਮੈਂ ਭਤੀਜਾ ਮੇਰਾ ਲੈ ਕੇ ਫਿਰਦਾ ਰਿਹਾ, ਉਹ ਵੀ ਵੀਡੀਓ ਸ਼ੇਅਰ ਕਰਾਂਗੇ, ਅਤੇ ਉਹਦੇ ਨਾਲ ਘੁੰਮਦਾ ਰਿਹਾ, ਉਹਨੂੰ ਉਹਨੇ ਕੁਛ ਨਹੀਂ ਕਿਹਾ ਹੈਗਾ। ਅਤੇ ਬਾਕੀ ਅੱਲਾ ਖੈਰ ਕਰੇ ਤੁਸੀਂ ਚੈੱਕ ਕਰ ਸਕਦੇ ਹੋ, ਮਾਸ਼ਾਅੱਲਾ ਪਾਕਿਸਤਾਨੀ ਬੁਲੀ ਬਿੱਲੀ, ਬਿੱਲੀ ਨਹੀਂ ਬਿੱਲੀ BILLY, ਬਿੱਲੀ ਇੱਕ ਬਿੱਲੀ ਨੇ, ਇੱਕ ਬਿੱਲੀ ਇੰਗਲਿਸ਼ ਨਾਂ ਨੇ ਰੱਖਿਆ ਸੀ ਭਾਈ ਬਿੱਲੀ, ਅਤੇ ਅਸੀਂ ਉਹਦਾ ਨਾਂ ਬਿੱਲੀ ਰੱਖਿਆ, ਨਾਂ ਇਹਦਾ ਚੇਂਜ ਨਹੀਂ ਕੀਤਾ ਹੈਗਾ। ਅਤੇ ਇਹ ਦੋਸਤੋ ਬਰੀਡਿੰਗ ਵਾਸਤੇ ਮੇਲ ਆ, ਜੋ ਕਿਸੇ ਦੋਸਤ ਕੋਲ ਵੀ ਫੀਮੇਲ ਹੋਵੇ ਤਾਂ ਕੋਈ ਗੱਲ ਨਹੀਂ, ਅਸੀਂ ਤਾਬਿਆਦਾਰ ਅਸੀਂ ਹਾਜ਼ਰ ਹੈਗਾ ਜਨਾਬ ਵਾਲੀ, ਅਸੀਂ ਕ੍ਰਾਸ ਉਹਨੂੰ ਕਰਵਾ ਕੇ ਦੇਵਾਂਗੇ। ਡਬਲ ਬਾਡੀ ਦੇ ਕੁੱਤੇ ਤੁਹਾਨੂੰ ਪਤਾ ਅੱਜ ਕੱਲ੍ਹ ਬਹੁਤ ਘੱਟ ਨੇ, ਸ਼ੌਕੀਨ ਲੋਕ ਵੀ ਪਸੰਦ ਕਰਦੇ, ਔਰ 5 ਤੱਪਣੀਆਂ ਤੱਪਿਆ ਹੋਇਆ ਵਾ, ਸਿਰਫ ਬਰੀਡਿੰਗ ਵਾਸਤੇ ਮੇਲ ਆ, ਕਿਉਂਕਿ ਇਹਦੇ ਜਿਹੜੇ ਦੰਦ ਸੀਗੇ ਨਾ ਇਹਨੇ ਜੰਗਲੇ 'ਚ ਮਾਰ ਮਾਰ, ਤੁਸੀਂ ਦੇਖਣਾ ਜੰਗਲਾ 'ਚ ਜੰਗਲੇ ਤੜ ਜੰਗਲੇ ਮਾਰ ਮਾਰ ਤੋੜ ਲੈਣੇ ਨੇ। ਇਹ ਆਪਣੀ ਫੀਮੇਲ 2 ਸਾਲ ਦੀ ਹੋ ਗਈ ਰਾਣੋ, ਠੀਕ ਹੈ, ਇਹ ਜਿਹੜੀ ਉੱਥੋਂ ਲੈ ਕੇ ਆਏ ਸੀ ਅਸੀਂ ਆਪਣਾ ਹੈੱਡ ਖਾਨ ਕੀ ਦਿੱਤੀ ਹੋਈ ਸੀਗੀ। ਇਹ ਜੀ ਆਪਣੀ ਪਾਕਿਸਤਾਨੀ ਬੁਲੀ ਫੀਮੇਲ ਰਾਣੋ, ਅੱਥਰੀ ਬਲੱਡ ਲਾਈਨ ਦੇ ਵਿੱਚੋਂ, ਅਤੇ ਅੱਥਰੀ ਫੀਮੇਲ ਹੈਗੀ ਹੈ ਅਤੇ ਅਗਰੈਸਿਵ ਫੀਮੇਲ ਆ। ਆਹ ਦੀਵਾਰ ਆ, ਮੈਂ ਤੁਹਾਨੂੰ ਦੀਵਾਰ 'ਤੇ ਕੁਛ ਨਿਸ਼ਾਨ ਵੀ ਚੈੱਕ ਕਰਾਉਂਦਾ ਆ, ਯਾਨੀ ਸਾਰੀ ਰਾਤ ਰਾਖੀ ਕਰਦੀ ਆ ਇਹ, ਅਤੇ ਸਾਰੀ ਰਾਤ ਜਿਹੜੀ ਹੈਗੀ ਆ ਰਾਣੋ ਰਾਖੀ ਕਰਦੀ ਆ, ਦਿਨੇ ਰਾਣੋ ਸੌਂਦੀ ਆ, ਨੀਂਦ ਪੂਰੀ ਕਰਦੀ ਆ ਆਪਣੀ। ਅਤੇ ਅੱਥਰੀ ਬਲੱਡ ਲਾਈਨ ਦੇ ਵਿੱਚ ਵੀ ਹੈਗੀ ਆ, ਅਗਰੈਸਿਵ ਕੁੱਤੀ ਆ, ਨੇਚਰ ਵਾਈਜ਼ ਜਿਹੜੀ ਹੈਗੀ ਆ ਗੁੱਸੇ ਵਾਲੀ ਕੁੱਤੀ ਆ, ਠੀਕ ਹੈ, ਅਤੇ ਪਰਾਏ ਬੰਦੇ ਨੂੰ ਅਤੇ ਪਰਾਏ ਜਾਨਵਰ ਨੂੰ ਵੇਖ ਕੇ ਤਾਂ ਰਾਣੋ ਆਪਣੇ ਆਪ 'ਚ ਹੀ ਬਾਹਰ ਹੋ ਜਾਂਦੀ ਆ। ਇਹ ਵੇਖ ਸਕਦੇ ਹੋ ਮਾਸ਼ਾਅੱਲਾ ਕੁੱਤੀ ਦੀ ਹਾਈਟ ਲੈਂਥ ਵੀ ਦੋਸਤੋ,
ਤੇ ਜਿਸ ਦਿਨ ਕ੍ਰਾਸ ਹੋ ਜਾਏਗੀ ਉਸ ਦਿਨ ਵੀ ਵੀਡੀਓ ਅਪਲੋਡ ਹੋ ਜਾਏਗੀ। ਇਹ 11 ਤਰੀਕ ਦੀ ਵੀਡੀਓ ਆ, ਠੀਕ ਹੈ। ਆਪਣੀ ਪਾਕਿਸਤਾਨੀ ਬੁਲੀ ਰਾਣੋ ਮਧੋਲਿਆਂ ਵਾਲੇ ਬਲੱਡ ਲਾਈਨ 'ਚੋਂ ਰਾਣਾ ਦਾ ਵੀ ਥੋੜ੍ਹਾ ਜਿਹਾ ਬੋਨ ਸਟਰਕਚਰ ਤੁਹਾਨੂੰ ਚੈੱਕ ਕਰਾ ਦਈਏ। ਰਾਣਾ ਜਦੋਂ ਖਲੋਂਦੀ ਹੈ ਕੁੱਤਿਆਂ ਹਾਰ ਨਹੀਂ, ਕੁੱਤਿਆਂ ਹਾਰ ਖਲੋਂਦੀ ਹੈ ਆਪਣੀ ਐਨ ਛਾਤੀ ਚੌੜੀ ਕਰਕੇ। ਥੋੜ੍ਹੀ ਅਗਰੈਸਿਵ ਹੈਗੀ ਆ, ਪਰਾਏ ਬੰਦਿਆਂ ਨੂੰ ਤਾਂ ਪੈਂਦੀ ਹੈ, ਮਗਰ ਇਹ ਕਿ ਮੇਰੇ ਕੋਲ ਸਾਲ ਪਹਿਲੇ ਮੇਰੇ ਕੋਲ ਸੀਗੀ, 1-1.5 ਮਹੀਨਾ ਰੱਖੀ ਸੀਗੀ। ਇੱਜ਼ਤ ਕਰਦੀ ਹੈ, ਹਜ਼ਾਕ ਕਰਦੀ ਹੈ, ਸਾਡੇ ਵੈਸੇ ਕੁੱਤੇ ਬੜੇ ਹਜ਼ਾਕ ਕਰਦੇ ਆ। ਅਤੇ ਇਹ ਬਿੱਲੀ ਜੀ, ਠੀਕ ਹੈ, ਅਤੇ ਬਿੱਲੀ ਸੋਰੀ, ਇਹ ਆਪਣੀ ਰਾਣੋ ਪਾਕਿਸਤਾਨੀ ਬੁਲੀ। ਜਿਸ ਦਿਨ ਦੋਸਤੋ ਇਹ ਕ੍ਰਾਸ ਹੋ ਜਾਏਗਾ ਤੁਹਾਨੂੰ ਉਦਣ ਵੀ ਦੱਸਾਂਗੇ, ਕਿਉਂਕਿ ਯੂਟਿਊਬ ਪੋਲਿਸੀ ਦੇ ਖਿਲਾਫ ਹੈਗੇ ਕਿ ਤੁਸੀਂ ਇਹਨੂੰ ਆਪਣਾ ਜਿਹੜਾ ਹੈਗਾ ਕ੍ਰਾਸ ਨਹੀਂ ਕਰਾ, ਵੀਡੀਓ ਇੱਦਾਂ ਦੀ ਸ਼ੇਅਰ ਨਹੀਂ ਕਰ ਸਕਦੇ। ਅਤੇ ਬਾਕੀ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ, ਦੇਖੋ ਆ ਸਾਰੇ ਇਹਦੇ ਇਸ਼ਤਿਹਾਰੀ ਹੋਣ ਦੇ ਨਿਸ਼ਾਨ ਨੇ, ਮਗਰ ਆਪਾਂ ਨੂੰ ਮਾਸ਼ਾਅੱਲਾ ਸੋਹਣਾ ਲੱਗਾ। ਓਏ ਬਸ ਓਏ, ਅਸੀਂ ਇਹਦੀ ਬਰਦਾਸ਼ਤ ਵੇਖੀ ਅਤੇ ਅਸੀਂ ਬੁਲੀ ਲੈ ਲਿਆ ਸੀਗਾ ਜੀ। ਸਾਨੂੰ ਤਾਂ ਜਾਨਵਰ ਹੀ ਉਹ ਪਸੰਦ ਆ ਜਿਹਨ 'ਚ ਬਰਦਾਸ਼ਤ ਹੋਵੇ। ਟੁੱਟਿਆਂ ਦੰਦਾਂ ਨਾਲ ਵੀ ਇਹਨੇ 9.25 ਮਿੰਟ ਕੁੱਤੇ ਕੋਲੋਂ ਮਾਰ ਖਾ, ਆਪਣਾ 9.25 ਮਿੰਟ ਦੀ ਤੱਪਣੀ ਸੀਗੀ। ਅਤੇ ਟੁੱਟਿਆਂ ਦੰਦਾਂ ਦੇ ਨਾਲ ਵੀ ਨਾ ਜੰਗਲੇ 'ਚ ਮਾਰ ਮਾਰਦੇ ਦੰਦੀਆਂ ਤੋੜ ਲਈਆਂ। ਤਰਾਨ ਭਾਈ ਦਿਖਾਈ ਤਰਾ, ਇਹ ਦੇਖੋ ਨਾ ਦੰਦੀਆਂ ਦੇ ਨੁੱਕਰਾਂ ਨੇ ਤੋੜ ਲਈਆਂ ਸੀਗੀਆਂ, ਉਹ ਗੁੱਸੇ 'ਚ ਆ ਕੇ ਜਿੱਦਾਂ ਹੁਣ ਜਾਨਵਰ ਕੋਈ ਬਾਹਰ ਚੀਜ਼ ਹੁੰਦੀ ਹੈ ਨਾ, ਇੱਦਾਂ ਜੰਗਲੇ 'ਚ ਮਾਰ ਮਾਰ ਕੇ ਤੋੜ ਲਈਆਂ। ਮਗਰ ਜਿਹੜਾ ਆਪਾਂ ਜੰਗਲਾ ਲਾਉਣਾ ਵਾ ਉਹ ਮੋਟਰਵੇ ਜਾਲੀ ਦਾ ਬਣਿਆ ਹੋਇਆ ਵਾ। ਅਤੇ ਇਹ ਜੀ ਦੋਸਤੋ ਬਿੱਲੀ ਅਤੇ ਬਿੱਲੀ ਨੇ ਆਪਣਾ 5 ਤੱਪਣੀਆਂ ਕੀਤੀਆਂ ਜੇ, 9.25 ਮਿੰਟ ਤੱਪਣੀ ਕੀਤੀ ਕਾਲੇ ਕੁੱਤੇ ਨਾਲ। ਜਦੋਂ ਇੱਕ ਦਫ਼ਾ ਕੁੱਤੇ ਜਾ ਕੇ ਕੁੱਤਾ ਵੱਜਿਆ ਅਤੇ ਜਾ ਕੇ ਤਕਰੀਬਨ ਉਹਨਾਂ ਤੋਂ 3-4 ਫੁੱਟ ਦੂਰ ਡਿੱਗਿਆ, ਮਗਰ 3-3.5-4 ਮਿੰਟ ਉਹਨੇ ਇਹਨੂੰ ਮਾਰਿਆ, ਇਹ ਨਹੀਂ ਬੋਲਿਆ। ਜਿਹੜੀ ਤੱਪਣੀ ਵੇਖ ਕੇ ਮੈਂ ਇੰਪ੍ਰੈਸ ਹੋਇਆ ਅਤੇ ਮੈਂ ਕਿਹਾ ਯਾਰ ਹੁਣ ਤਾਂ ਬਿੱਲੀ ਲੈ ਕੇ ਜਾਣਾ ਹੀ ਜਾਣਾ। ਖੂਬਸੂਰਤੀ ਵੀ ਆ ਅਤੇ ਨਸਲ ਵੀ ਆ ਇਹਦੇ ਵਿੱਚ ਵਾਕਈ, ਅਤੇ ਬਰਦਾਸ਼ਤ ਇਹਦੇ ਵਿੱਚ ਹੋਵੇ, ਨਸਲ ਉਹੀ ਹੁੰਦੀ ਹੈ ਬੁੱਲੀ ਦੀ। ਮਾਰਨੇ ਵਾਲੇ ਦੋਸਤੋ ਕੁੱਤੇ ਨਹੀਂ ਹੁੰਦੇ, ਕੁੱਤੇ ਉਹੀ ਹੁੰਦੇ ਜਿਹੜੇ ਬਰਦਾਸ਼ਤ ਹੋਵੇ, ਜਿਹੜਾ ਖਾਣ ਵਾਲਾ ਹੋਵੇ, ਮਾਰ ਖਾਵੇ। ਆਹ ਦੇਖ ਸਕਦੇ ਮਾਸ਼ਾਅੱਲਾ ਚਮੜੀ ਕੁੱਤੇ ਦੀ, ਡਬਲ ਬਾਡੀ ਦਾ, ਡਬਲ ਹੱਡੀ ਦਾ ਕੁੱਤਾ ਜੇ ਪਾਕਿਸਤਾਨੀ ਬੁੱਲੀ। ਔਰ ਸਿਰਫ ਬਰੀਡਿੰਗ ਵਾਸਤੇ ਆ, ਸੇਲ ਵਾਸਤੇ ਨਹੀਂ ਹੈਗਾ। ਜਿਸ ਦੋਸਤ ਨੇ ਕੁੱਤੀ ਕਰਾਉਣੀ ਹੋਵੇ ਫੈਸਲਾਬਾਦ ਆਪਣੀ ਲੋਕੇਸ਼ਨ ਆ, ਬੇਖੌਫ ਹੋ ਕੇ ਆਵੇ। ਜਿਹੜੇ ਕਹਿੰਦੇ ਸਾਨੂੰ ਚੰਗੇ ਕੁੱਤੇ ਨਹੀਂ ਲੱਭਦੇ, ਲੋਕ ਛੱਡਦੇ ਨਹੀਂ ਹੈਗੇ, ਅਤੇ ਅਸੀਂ ਤੁਹਾਨੂੰ ਇਨਸ਼ਾਅੱਲਾ ਕ੍ਰਾਸ ਕਰਾ ਕੇ ਦੇਵਾਂਗੇ। ਬਾਕੀ ਜੇ ਤੁਸੀਂ ਕਹੋਗੇ ਕਿ ਭਾਈ ਬੱਚੇ 'ਤੇ ਕਰਾਉਣੀ ਆ, ਤਾਂ ਗਰੰਟਡ ਕੋ ਹੋਵੇ ਵਿੱਚ ਤਾਂ ਬੱਚੇ 'ਤੇ ਕਰਾ ਦਾਂਗੇ, ਨਾ ਆਵੇ ਤਾਂ ਭਾਈ ਪੈਸਾ ਦਿਓ ਅਤੇ ਕੁੱਤੀ ਕਰਾ ਦਿਆਂਗੇ, ਤੁਹਾਡੀ ਫੀਸ 'ਤੇ ਕਰਾ ਦਿਆਂਗੇ, ਠੀਕ ਹੈ। ਇਹ ਪਾਕਿਸਤਾਨੀ ਬੁੱਲੀ ਆਪਾਂ ਲਿਆ ਜੀ ਦੋਸਤੋ ਸਪੈਸ਼ਲ ਬਰੀਡਿੰਗ ਵਾਸਤੇ ਆ, ਅਤੇ ਉਮੀਦ ਕਰਦੇ ਹਾਂ ਦੋਸਤਾਂ ਨੂੰ ਪਸੰਦ ਆਇਆ ਹੋਏਗਾ। ਸਿੱਧੀ ਪੂਛ ਆ, ਬਿਲਕੁਲ ਲੜਾਈ ਦੇ ਵਿੱਚ ਵੀ ਸਿੱਧੀ ਪੂਛ ਰੱਖਦਾ। ਜਿਹੜੀ ਹਮਾਦ ਚੀਮਾ ਸਾਹਿਬ ਨੂੰ ਬਹੁਤ ਪਸੰਦ ਆ, ਚੀਮਾ ਸਾਹਿਬ ਕਮੈਂਟ ਕਰਕੇ ਥੱਲੇ ਦੱਸਿਓ, ਚੀਮਾ ਸਾਹਿਬ ਕਹਿੰਦੇ ਨੇ ਮੈਨੂੰ ਉਹ ਕੁੱਤਾ ਪਸੰਦ ਵਾਲਾ ਲੜਾਈ ਸਿੱਧੀ ਪੂਛ ਰੱਖੇ। ਅਤੇ ਮੈਂ ਹਮਾਦ ਚੀਮਾ ਭਾਈ ਨੂੰ ਚੈੱਕ ਵੀ ਕਰਵਾਇਆ ਸੀਗਾ, ਮੈਂ ਕਿਹਾ ਹਮਾਦ ਸਾਹਿਬ ਕੁੱਤਾ ਚੈੱਕ ਕਰੋ ਜ਼ਰਾ, ਅਤੇ ਚੈੱਕ ਕਰਕੇ ਦੱਸੋ ਕੈਸਾ ਜੀ। ਹਾਲਾਂਕਿ ਉਦੋਂ ਸਾਡੇ ਕੋਲ 2 ਤੱਪਣੇ ਸੀ, 2 ਤੱਪਣੀਆਂ ਜਦੋਂ ਲਿਆ ਉਹਨਾਂ 'ਚੋਂ ਬਾਹਰ ਸਾਨੂੰ ਮਿਲੀਆਂ ਨੇ, ਅਤੇ ਉਹਨਾਂ 'ਚ ਵੀ ਪਰਫੈਕਟ ਤੱਪਿਆ ਪੱਠੇ ਨਾਲ। ਹਾਲਾਂਕਿ ਦੰਦ ਕੋਈ ਨਹੀਂ ਨਾ ਹੈਗੇ, ਹਾਲਾਂਕਿ ਇਹਦੇ ਦੰਦ ਨਹੀਂ ਹੈਗੇ, ਇਹਦੇ ਨਹੀਂ ਪਕੜੇ ਨੇ, ਕੀ ਕਰਨੀ ਹੈਗੀ ਹੈ। ਮਗਰ ਇਹ ਹੈ ਕਿ ਫਿਰ ਵੀ ਆਪਣੇ ਵੱਲੋਂ ਨਾ ਮੂੰਹ 'ਤੇ ਪਾਉਂਦਾ ਜੇ, ਲੜਨਾ ਤਾਂ ਇਹਨੇ ਹੈ ਵਾ, ਫਿਰ ਬੁੱਲੀ ਹੈ ਅਤੇ ਬੁੱਲੀਆਂ ਨੇ ਲੜਨਾ ਤਾਂ ਹੈ ਹੀ ਦੋਸਤੋ। ਫਿਰ ਅਤੇ ਇਹ ਸਾਰੇ ਨਾਲ ਨਾਲ ਸਾਡੇ ਕਾਸਮ ਭਾਈ ਨੇ ਬੜਾ ਪਸੰਦ ਆਇਆ। ਕਾਸਮ ਭਾਈ ਹੁਣ ਗਾਂ ਇੱਕ ਚੋ ਕੇ ਮੱਝ ਨੂੰ ਪਾਣੀ ਪਿਲਾ ਰਿਹਾ, ਉੱਧਰ ਨੂੰ ਕੈਮਰਾ ਮਾਰਿਓ ਜ਼ਰਾ ਮਾੜਾ ਜਿਹਾ। ਕਾਸਮ ਭਾਈ ਨੂੰ ਵੀ ਪਸੰਦ ਆਇਆ, ਓਕੇ ਕਰ ਦਿਓ ਜ਼ਰਾ ਜਨਾਬ, ਪਸੰਦ ਆਇਆ ਜੇ? ਹਾਂਜੀ, ਇਹ ਕਾਸਮ ਭਾਈ ਨੂੰ ਵੀ ਪਸੰਦ ਆਇਆ ਜਨਾਬ। ਪਹਿਲੇ ਅਸੀਂ ਰੱਖਿਆ ਜੀ ਇੱਕ ਸੈਸ਼ਨ, ਅਤੇ ਕਾਸਮ ਸਾਹਿਬ ਕਹਿੰਦੇ ਕਿ ਸਲਾਮ ਦਾ ਮਜ਼ਾ ਨਹੀਂ ਆਉਂਦਾ ਉਹਦਾ, ਡੇਰੇ ਦੇ ਦੇਸੀ ਮਾਹੌਲ ਆ, ਕੋਈ ਦੇਸੀ ਨਸਲ ਹੋਣੀ ਚਾਹੀਦੀ। ਮੈਂ ਕਿਹਾ ਕੁੱਤੀ ਆਪਣੀ ਹੈਗੀ ਆ, ਜੇ ਕੁੱਤੀ ਲੱਭ ਜਾਵੇ ਤਾਂ ਫਿਰ ਆਪਾਂ ਬੁੱਲੀ ਕੁੱਤਾ ਵੀ ਲਿਆਵਾਂਗੇ। ਇਨਸ਼ਾਅੱਲਾ ਹੁਣ ਜੰਗਲਾ ਰੱਖਾਂਗੇ ਇੱਥੇ VIP ਮਾਹੌਲ ਦੇ ਨਾਲ, ਅੱਛੇ ਤਰੀਕੇ ਨਾਲ, ਫਿਰ ਜਦੋਂ ਇਸ ਤੋਂ ਬਾਅਦ ਸ਼ਿਫਟ ਕਰਾਂਗੇ ਦੋਸਤਾਂ ਨਾਲ ਵੀ ਸ਼ੇਅਰ ਕਰਾਂਗੇ। ਉਮੀਦ ਕਰਦੇ ਹਾਂ ਇਹਦੀ ਵੀਡੀਓ ਅੱਛੀ ਲੱਗੀ ਹੋਏਗੀ। ਰਾਣਾ ਦਰਾਏ, ਰਾਣਾ ਜਿਹੜੀ ਹੈਗੀ ਆ ਆਪਣੀ ਹਿੱਟ 'ਤੇ ਆ, ਆ ਜੋੜਾ ਤੁਸੀਂ ਚੈੱਕ ਕਰ ਲਓ, ਠੀਕ ਆ। ਅਤੇ ਉਮੀਦ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ। ਪੰਜਾਬੀ ਸ਼ੋਅ ਤੇ ਨਿਊ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਤਾਂ ਮੈਨੂੰ ਕਿਉਂ ਮਾਰਦਾ ਯਾਰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਸਤੋ ਸਾਊ ਇੰਨਾ ਵਾ ਕਿ ਜਿਹੜਾ ਮਰਜ਼ੀ ਭਾਵੇਂ ਬੱਚਾ ਵੀ ਇਹਨੂੰ ਫੜ ਲਵੇ ਕੁਛ ਨਹੀਂ ਕਹਿੰਦਾ, ਅਤੇ ਸਮਝਦਾਰ ਐਡਾ ਵਾ ਕਿ ਉਪਰੇ ਬੰਦੇ ਨੂੰ ਪੈਂਦਾ ਵੀ ਆ, ਉਪਰੇ ਜਾਨਵਰ ਨੂੰ, ਉਪਰੇ ਬੰਦੇ ਨੂੰ ਨਾ ਉਹਨੂੰ ਪੈਦਾ ਵੀ ਆ। ਭਾਵੇਂ ਵਿਚਾਰੇ ਦੀਆਂ ਮਰਾਸ਼ੀਆਂ ਨਹੀਂ ਹੈਗੀਆਂ, ਹੌਸਲਾਂ ਦੇ ਵਿੱਚ ਪੂਰਾ ਹੀ ਆ। ਅਤੇ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਫਿਰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਕਮੈਂਟ ਕਰਕੇ ਦੱਸਿਓ ਤੁਹਾਨੂੰ ਕੈਸਾ ਲੱਗਾ ਬਿੱਲੀ। ਅਤੇ ਬਿੱਲੀ ਦੋਸਤੋ ਪਾਕਿਸਤਾਨ ਦੇ ਵਿੱਚ ਜਿਸ ਮਰਜ਼ੀ ਬੱਚੇ ਤੁਸੀਂ ਆਓ, ਹਾਜ਼ਰ ਹਾਂ ਤੁਹਾਡੇ ਵਾਸਤੇ, ਫੈਸਲਾ ਵਾ ਤੁਹਾਡੀ ਲੋਕੇਸ਼ਨ ਆ, ਅਸੀਂ ਤੁਹਾਨੂੰ ਬਰੀਡ ਕਰਾ ਕੇ ਦੇਵਾਂਗੇ। ਔਰ ਇਹਨਾਂ ਬਰੀਡ ਦਾ ਰਿਜ਼ਲਟ ਵੀ ਅੱਛਾ ਹੈਗਾ, ਮੋਸਟਲੀ ਬੱਚੇ ਜਿਹੜੇ ਆਪਣੇ ਤੋਂ ਲਈ ਜਾਂਦਾ ਡਬਲ ਬਾਡੀ ਦੇ ਬੱਚੇ ਬਣਾਉਂਦਾ, ਬਾਕੀ ਆਪਣੀ ਫੀਮੇਲ ਜਿਹੜੀ ਹੈਗੀ ਬਲੱਡ ਲਾਈਨ ਵਾਸਤੇ ਵੀ ਅੱਛੀ ਆ। ਅਤੇ ਇਨਸ਼ਾਅੱਲਾ ਤਾਲਾ ਜੇ ਆਪਣੀ ਫੀਮੇਲ ਕੰਸੀਵ ਕਰ ਗਈ ਤਾਂ ਉਹਦੇ ਵਿੱਚੋਂ ਆਪ ਵੀ ਸ਼ੌਕ ਸ਼ਿਕਾਰ ਵਾਸਤੇ ਬੱਚਾ ਰੱਖਾਂਗੇ। ਇਤਨਾਨ ਭਾਈ ਕਹਿੰਦੇ ਸੀ ਜੀ ਮੈਂ ਸੰਭਾਲਾਂਗਾ ਬੱਚਾ, ਜੇ ਇਹਨਾਂ ਨੇ ਦੋਵਾਂ ਦਾ ਬੱਚਾ ਹੋਇਆ ਤਾਂ ਇੱਕ ਆਪਾਂ ਬੱਚਾ ਰੱਖਾਂਗੇ। ਕਾਸਮ ਸਾਹਿਬ ਨੂੰ ਵੀ ਸ਼ੌਕ ਆ, ਕਹਿੰਦੇ ਬੱਚੇ ਦੀ ਆਪਣੀ ਚਾਸ ਆ, ਅਤੇ ਗਾਂਹ ਕਿਤੇ ਕੋਈ ਸ਼ੁਕਲ ਮੇਲਾ ਵੀ ਦੇਖਾਂਗੇ ਫਿਰ। ਉਮੀਦ ਕਰਦੇ ਹਾਂ ਅੱਛੀ ਲੱਗੀ ਵੀਡੀਓ, ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ।